ਲਓ ਵੀ ਮਿੱਤਰੋ, ਅੱਜ ਜਿਹੜੇ ਭਰਾ ਚੰਬੀ ਵਛੇਰੀ ਲੱਭਦੇ ਆ ਉਹਨਾਂ ਦੀ ਭਾਲ ਵੀ ਖਤਮ ਕਰਤੀ, ਪੂਰੀ ਟੌਪ ਦੀ ਵਛੇਰੀ ਲਿਆਏ ਆ। ਕੰਨ ਤੋਂ ਲੈ ਕੇ ਪੈਰਾਂ ਤਾਈਆਂ, ਸਿਰੇ ਤੋਂ ਸਿਰੇ ਵਾਲੀ ਚੀਜ਼ ਹੈ, ਖਾਨਦਾਨ ਵੀ ਪੂਰਾ ਚੰਗਾ, ਪੰਜਾਬ ਦਾ ਨੁਕਰਿਆਂ ਦਾ ਟੌਪ ਦੇ ਘੋੜੇ ਦੀ ਬੱਚੀ ਆ। ਦੇਵਾਂਗੇ ਪੂਰੀ ਡਿਟੇਲ ਕਿਹੜੇ ਘੋੜੇ ਦੀ ਹੈ, ਕਿੰਨੀ ਉਮਰ ਹੋ ਗਈ, ਕੀ ਹਾਈਟ ਆ, ਸਾਰੀ ਡਿਟੇਲ ਹੀ ਦੇਵਾਂਗੇ, ਬਸ ਵੀਡੀਓ ਪੂਰੀ ਦੇਖ ਲਓ। ਅਤੇ ਪਹਿਲਾਂ ਤਾਂ ਸਵਾਗਤ ਆ ਉਹ ਭਰਾਵਾਂ ਦਾ ਜਿਹੜੇ ਆਪਣੇ ਬਾਬਾ ਜੀ ਦਾ ਸਟੱਡ ਫਾਰਮ ਯੂਟਿਊਬ ਚੈਨਲ 'ਤੇ ਇਹ ਵੀਡੀਓ ਦੇਖ ਰਹੇ ਆ, ਅਤੇ ਜਿਹੜੇ ਭਰਾ ਫੇਸਬੁੱਕ ਪੇਜ 'ਤੇ ਇਹ ਵੀਡੀਓ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਆ ਜੀ ਆਇਆਂ ਨੂੰ। ਅਤੇ ਦੋਸਤੋ, ਅੱਜ ਫਿਰ ਇੱਕ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ। ਪਹਿਲਾਂ ਤਾਂ ਧੰਨਵਾਦ ਦੀਆਂ ਤੁਹਾਡੇ ਸਾਰਿਆਂ ਦਾ, ਬਹੁਤ ਸੋਹਣਾ ਰਿਸਪੋਂਸ ਦਿੰਦੇ ਆਪਣੇ ਚੈਨਲ, ਬਹੁਤ ਸੋਹਣਾ ਪਿਆਰ ਦੇ ਰਹੇ ਹਾਂ। ਅਤੇ ਤੁਹਾਡੇ ਪਿਆਰ ਦੇ ਸਿਰ 'ਤੇ ਦੋਸਤੋ ਆਪਾਂ ਨਵੇਂ ਤੋਂ ਨਵਾਂ ਜਾਨਵਰ ਲਿਆਈ ਜਾਂਦੇ ਹਾਂ, ਅਤੇ ਅੱਜ ਫਿਰ ਇੱਕ ਬਹੁਤ ਚੰਗੀ ਬੱਚੀ ਲਿਆਂਦੀ ਆ, ਚੰਬੀ ਆ, ਗਲਡੀ ਚੰਬੀ ਆ, ਤਕਰੀਬਨ ਸਾਰੇ ਪਿੰਡੇ 'ਚ ਵਾਲ ਚੱਟੇ ਆ, ਨੁਕਰੇ ਬੱਚੇ ਦੇਣ ਦੇ ਪੂਰੇ ਚਾਂਸ ਆ ਵੱਡੀ ਹੋ ਕੇ, ਅਤੇ ਬੱਚੀ ਦੀ ਹਜੇ ਆਪਦੀ ਉਮਰ ਬਹੁਤ ਛੋਟੀ ਆ, ਵਾਲ ਭੌਰੀਆਂ ਜਮ੍ਹਾਂ ਸਾਫ਼, ਸਾਰੀ ਡਿਟੇਲ ਦਿੰਦੇ ਹਾਂ। ਬਸ ਜਿਹੜੇ ਭਰਾ ਨਵੇਂ ਆ ਚੈਨਲ 'ਤੇ, ਚੈਨਲ ਸਬਸਕ੍ਰਾਈਬ ਕਰ ਲਿਓ, ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ, ਅਤੇ ਉਹਨਾਂ ਦੋਸਤਾਂ ਤਾਂ ਇਹ ਵੀਡੀਓ ਪਹੁੰਚਾ ਦਿਉ ਜਿਨ੍ਹਾਂ ਨੂੰ ਚੰਬੀ ਬੱਚੀ ਚੰਗੀ ਕੰਨ ਕੰਡੀਸ਼ਨ ਦੀ ਸੋ ਕੁਆਲਿਟੀ ਦੀ ਬੱਚੀ ਲੈਣੀ ਆ, ਤਾਂ ਉਹ ਇੱਕ ਵਾਰ ਇਹ ਬੱਚੀ ਜ਼ਰੂਰ ਦੇਖ ਲੈਣ। ਅਤੇ ਅੱਜ ਦੋਸਤੋ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਵੱਧਦੇ ਹਾਂ ਵੀਡੀਓ ਵੱਲ ਨੂੰ, ਦਿੰਦੇ ਹਾਂ ਡਿਟੇਲ। ਦੋਸਤੋ, ਗਲਡੀ ਚੰਬੀ ਵਛੇਰੀ ਹੈ ਜੀ, ਤਕਰੀਬਨ ਸਾਰਾ ਮੂੰਹ ਚਿੱਟਾ, ਚਾਰੇ ਲੱਤਾਂ ਚਿੱਟੀਆਂ, ਢਿੱਡ ਚਿੱਟਾ, ਅਤੇ ਪਿੰਡੇ ਵਿੱਚ ਦੇਖ ਸਕਦੇ ਹੋ ਤੁਸੀਂ ਸਾਰੇ ਪਿੰਡੇ 'ਚ ਹੀ ਵਾਲ ਚਿੱਟੇ ਆ। ਗਲਡੀ ਚੰਬੀ ਆ, 7 ਮਹੀਨੇ ਉਮਰ ਆ, ਵਾਲ ਭੌਰੀਆਂ ਦੇ ਬਿਲਕੁਲ ਸਾਫ਼ ਆ, ਮੱਥੇ ਸਿੰਗਲ ਭੌਰੀ ਆ, ਸਿੱਟੇ ਵੱਲੋਂ ਰਹਿਤ ਆ, ਦੇਵਨ ਦੀ ਭੌਰੀ ਲੱਗੀ ਹੋਈ ਆ, ਦੇਵਨ ਭੌਰੀ। ਵੈਸੇ ਤਾਂ ਅੱਜ ਕੱਲ੍ਹ ਕੋਈ ਵਿਚਾਰ ਨਹੀਂ ਕਰਦਾ ਮਾੜੀਆਂ ਭੌਰੀਆਂ 'ਤੇ, ਪਰ ਫਿਰ ਵੀ ਦੂਰੋਂ ਆਉਣਾ, ਕਈ ਵਾਰ ਕਈ ਭਰਾਵਾਂ ਨੂੰ ਵਿਚਾਰ ਹੁੰਦੀ ਆ ਭੌਰੀਆਂ ਦੀ, ਤਾਂ ਉਹਨਾਂ ਨੂੰ ਦੱਸਦੀ ਹੈ ਜਮ੍ਹਾਂ ਬਿਲਕੁਲ ਸਾਫ਼ ਆ, ਬੇਝਿਜਕ ਹੋ ਕੇ ਆ ਸਕਦੇ ਹਾਂ ਭੌਰੀਆਂ ਵੱਲੋਂ, ਹੱਥਾਂ ਪੈਰਾਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਫਾਲਟ ਹੈ ਨਹੀਂ ਬੱਚੀ 'ਚ। ਅਤੇ ਖਾਨਦਾਨ ਬਾਰੇ ਗੱਲ ਕਰੀਏ ਤਾਂ ਦੋਸਤੋ, ਸੱਗੂ ਘੋੜੇ ਦੀ ਪੋਤੀ ਆ, ਨੁਕਰਿਆਂ ਦਾ ਬਾਦਸ਼ਾਹ ਮੰਨਿਆ ਜਾਂਦਾ, ਨੁਕਰਿਆਂ ਦਾ ਕਿੰਗ ਮੰਨਿਆ ਜਾਂਦਾ ਘੋੜਾ ਨੂਰਾ ਬਾਕਰਪੁਰੀ ਆ, ਨਾ ਹੀ ਬਹੁਤ ਆ, ਜਦੋਂ ਨੂਰਾ ਬਾਕਰਪੁਰੀ ਆ ਕੇ ਕੋਈ ਉਹਦੇ ਖਾਨਦਾਨ ਬਾਰੇ ਕੋਈ ਦੱਸਣ ਦੀ ਲੋੜ ਨਹੀਂ ਪੈਂਦੀ, ਨੂਰੇ ਦੀ ਬੱਚੀ ਹੈ ਦੋਸਤੋ, ਜਿੱਦਾਂ ਆਪਾਂ ਨੂੰ ਮਾਲਕਾਂ ਨੇ ਦੱਸਿਆ 7 ਮਹੀਨੇ ਉਹਨਾਂ ਨੇ ਉਮਰ ਦੱਸੀ ਆ, ਅਤੇ ਬਾਕਰਪੁਰ ਵਾਲੇ ਨੂਰੇ ਦੀ ਦੱਸਿਆ। ਸੋ ਕੋਈ ਨੂਰੇ ਦਾ ਫੈਨ ਹੋਵੇ, ਉਸਦੀ ਬੱਚੀ ਚੰਗੀ ਭਾਲਦਾ ਹੋਵੇ, ਤਾਂ ਬੱਚੀ ਜ਼ਰੂਰ ਦੇਖੋ। ਕੰਨ ਕੰਡੀਸ਼ਨ ਵੀ ਪੂਰੀ ਚੰਗੀ ਹੈ, ਦੇਖੋ ਨੇੜਿਓਂ ਕੁੰਡੀ ਨਾਲ ਕੁੰਡੀ ਮੇਲ ਜਾਂਦੀ, ਆਈ ਨਹੀਂ ਵੀ ਓਵਰਲੈਪਿੰਗ ਹੁੰਦੀ ਆ, ਪ੍ਰੋਪਰ ਕੁੰਡੀ ਨਾਲ ਕੁੰਡੀ ਮੇਲਦੀ ਆ, ਅਤੇ ਬਾਡੀ ਬੁੱਡੀ ਦੀ ਸੋਹਣੀ ਆ, ਬੱਚੀ ਦੀ ਗਰਦਨ ਸੰਬ ਸੁੰਬ ਪੂਰਾ ਸੋਹਣਾ ਲੱਗਿਆ ਹੋਇਆ। ਸੋ ਜੇ ਕੋਈ ਚੰਬੀ ਵਛੇਰੀ ਭਾਅ ਪੱਟਦੇ ਵਾਲੀ ਭਾਲਦਾ ਹੋਇਆ, ਤਾਂ ਬੱਚੀ ਜ਼ਰੂਰ ਦੇਖੋ ਦੋਸਤੋ। ਗਲਡੀ ਚੰਬੀ ਪਿੱਠ ਪੁੜੇ ਦੀ ਪੂਰੀ ਤਰ੍ਹਾਂ ਚੰਗੀ ਆ, ਅਤੇ ਆਪਾਂ ਮੈਂ ਨੰਬਰ ਬੋਲ ਦਿੰਦਾ, ਨੰਬਰ ਕਰ ਲਿਓ ਨੋਟ, 62-391-5544-98-555-99-017, ਦੋ ਨੰਬਰ ਆ ਜਿਹੜੇ ਜਿਹੜੇ ਭਰਾ ਦੇ ਬੱਚੀ ਫਿੱਟ ਆ ਗਈ, ਤਾਂ ਰੇਟ ਜਿਹੜਾ ਤੁਸੀਂ ਫੋਨ 'ਤੇ ਪਾ ਸਕਦੇ, ਰੇਟ ਜਾਇਜ਼ ਹੋਊ ਦੋਸਤੋ। ਅਤੇ ਰਹੀ ਗੱਲ ਬੱਚੀ ਆ ਕੇ ਸਾਹਮਣੇ ਦੇਖਣੀ, ਤਾਂ ਆਪਣਾ ਤੁਹਾਨੂੰ ਪਤਾ ਹੀ, ਬਾਬਾ ਜੀਤਾ ਸਟੱਡ ਫਾਰਮ 'ਤੇ ਖੜੀ ਹੈ ਜਗਰਾਉਂ ਦੇ ਨੇੜੇ, ਪਿੰਡ ਆ, ਪਿੰਡ ਰਸੂਲਪੁਰ ਮੱਲਾ। ਸੋ ਆ ਕੇ ਬੱਚੀ ਤੁਸੀਂ ਆਪਣੀਆਂ ਅੱਖਾਂ ਨਾਲ ਚੈੱਕ ਵੀ ਕਰ ਸਕਦੇ, ਪੂਰੀ ਸਹੀ ਕੁਆਲਿਟੀ ਦੋਸਤੋ। ਕੱਲ੍ਹ ਸ਼ਾਮੀ ਦੀ ਵੀਡੀਓ ਆ, ਅਤੇ ਮਿਲਦੇ ਹਾਂ ਜਲਦ ਨਵੀਂ ਵੀਡੀਓ ਨੂੰ।